ਸਾਥ ਦਿੱਤਾ ਆਪਣੇ ਕਿਸਾਨ ਭਰਾਵਾਂ ਦਾ ਕਿਉਂਕਿ ਇਹਨਾਂ ਕਿਸਾਨਾਂ ਦੇ ਬੱਚੇ ਜਿਹੜੇ ਅੱਜ ਸਿੰਘੂ ਬਾਰਡਰ ਤੇ ਅਸੀਂ ਜਾ ਰਹੇ ਹਾਂ ਸਟੇਜ ਵੱਲ ਨੂੰ ਜਿੱਥੇ ਆਪਣੇ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਕ ਬੰਨੇ ਸਾਡੇ ਕਿਸਾਨ ਜਿਹੜੇ ਬਾਰਡਰਾਂ ਤੇ ਬੈਠੇ ਦਿੱਲੀ ਦੇ ਇੱਕ ਦੇ ਉੱਤੇ ਬੈਠੇ ਆ ਵਾਸਤੇ ਇਹ ਜਿਹੜਾ ਮੋਦੀ ਸਰਕਾਰ ਨੇ ਕਿਸਾਨ ਮਜ਼ਦੂਰ ਵਰਗ ਜਿਹੜੇ ਕਾਲੇ ਕਾਨੂੰਨ ਲੈ ਕੇ ਆਉਂਦੇ ਸੀ ਉਹਨਾਂ ਨੂੰ ਰੱਦ ਕਰਵਾਉਣ ਵਾਸਤੇ ਸੰਘਰਸ਼ ਚੱਲ ਰਿਹਾ ਸੀਗਾ ਕੱਲ੍ਹ ਪੂਰਾ ਸਾਲ ਹੋ ਗਿਆ ਅਤੇ ਮੋਦੀ ਨੇ ਮਾਫ਼ੀ ਮੰਗ ਲਈ ਆ ਕਿ ਸਾਡੇ ਤੋਂ ਗਲਤੀ ਹੋ ਗਈ ਆ ਅਸੀਂ ਜਿਹੜੇ ਇਹ ਕਾਨੂੰਨ ਲੈ ਕੇ ਆਉਂਦੇ ਸੀਗੇ ਇਹ ਗਲਤ ਸੀਗੇ ਅਤੇ ਕਿਸਾਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਆ ਕਿ ਮੋਦੀ ਨੇ ਜਿਹੜੇ ਕਾਲੇ ਕਾਨੂੰਨ ਤਿੰਨ ਉਹ ਰੱਦ ਕਰਦੇ ਆ ਇੱਥੇ ਗਿਣਤੀ ਲਗਾਤਾਰ ਹੁਣ ਵੱਧ ਰਹੀ ਆ ਦੇਖੋ ਜਿਹੜੇ ਕਦੇ ਕਹਿੰਦੇ ਵਿੱਚ ਗਏ ਕਿ ਘੱਟ ਘੱਟ ਗਿਆ ਜਾਂ ਇਹ ਕਾਨੂੰਨ ਰੱਦ ਨਹੀਂ ਹੋਣੀ ਸਤਿ ਸ਼੍ਰੀ ਅਕਾਲ ਜੀ ਬਹੁਤ ਵੱਡੀ ਗਿਣਤੀ ਜਿੱਥੇ ਕਿਸਾਨ ਪਹੁੰਚ ਰਹੇ ਆ ਬਹੁਤ ਜੋਸ਼ ਆ ਕਿਸਾਨਾਂ ਦੇ ਵਿੱਚ ਸੋ ਬਾਕੀ ਜਿਹੜੀਆਂ ਮੰਗਾਂ ਰਹਿੰਦੀਆਂ ਹਜੇ MSP ਦੀ ਕਾਨੂੰਨੀ ਗਰੰਟੀ ਵਾਲੀ ਜਿਹੜੇ ਆਪਣੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਦੀ ਦੇਖ ਰੇਖ ਕਰਨ ਵਾਸਤੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿਵਾਉਣ ਵਾਲੀ ਮੰਗ ਉਹਨਾਂ ਦੀ ਪਰਿਵਾਰ ਦੀ ਦੇਖਭਾਲ ਕਰਨ ਵਾਸਤੇ ਬਾਕੀ ਪਰਾਲੀ ਵਾਲਾ ਮਸਲਾ ਸੀਗਾ ਜਿਹੜੇ ਆਪਣੇ ਆਗੂਆਂ 'ਤੇ ਪਰਚੇ ਹੋਏ ਆ ਉਹ ਜਿੰਨਾ ਚਿਰ ਉਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨਾ ਚਿਰ ਇੱਥੇ ਕਿਸਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਆ ਮੋਰਚਾ ਇੱਥੇ ਹੋਰ ਵੱਧ ਰਿਹਾ ਵਾ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਕਿਸਾਨਾਂ ਦੇ ਵਿੱਚ ਮਜ਼ਦੂਰਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਵਾ ਜੋਸ਼ ਆ ਕਿ ਬਾਕੀ ਜਿਹੜੀਆਂ ਰਹਿੰਦੀਆਂ ਮੰਗਾਂ ਉਹ ਵੀ ਮਨਾ ਕੇ ਅਸੀਂ ਇੱਥੋਂ ਅਤੇ ਫਿਰ ਅਸੀਂ ਢੋਲ ਨਗਾਰਿਆਂ ਦੇ ਨਾਲ ਜਾਣਾ ਅਤੇ ਉੱਥੇ ਬਹੁਤ ਵੱਡੇ ਕਾਫਲੇ ਪਹੁੰਚ ਰਹੇ ਆ ਠੀਕ ਹੈ ਜੀ ਕ੍ਰਾਂਤੀਕਾਰੀ ਦਾ ਕਾਫਲਾ ਆ ਰਿਹਾ ਵਾ ਕੈਂਪੀ ਦੇ ਵਿੱਚ ਕਿਸਾਨ ਪਹੁੰਚ ਰਹੇ ਆ ਅਤੇ ਬਾਕੀ ਵੀ ਜਿਹੜੀਆਂ ਮੰਗਾਂ ਰਹਿੰਦੀਆਂ ਜਿਹੜਾ ਮੋਦੀ ਨੇ ਤਿੰਨ ਕਾਲੇ ਕਾਨੂੰਨ ਰੱਦ ਕਰਤਾ ਜੋ ਐਲਾਨ ਕੀਤਾ ਉਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਆ ਅਤੇ ਬਾਕੀ ਵੀ ਉਹ ਕਹਿੰਦੇ ਜਿਹੜੀਆਂ ਮੰਗਾਂ ਰਹਿੰਦੀਆਂ ਸਾਡੀਆਂ ਉਹ ਅਸੀਂ ਮਨਾ ਕੇ ਜਾਣੀਆਂ ਵਾ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਮਜ਼ਦੂਰ ਪਹੁੰਚ ਰਹੇ ਆ ਤਾਂ ਪੱਕੇ ਰਹਿਣ ਵਸੇਰੇ ਬਣੇ ਹੋਏ ਆ ਇੱਥੇ ਜਿਹੜੇ ਇੱਕ ਸਾਲ ਤੋਂ ਲਗਾਤਾਰ ਇੱਥੇ ਰਹਿ ਰਹੇ ਆ ਪਹਿਲਾਂ ਟਰਾਲੀਆਂ ਦੇ ਵਿੱਚ ਕਿਸਾਨਾਂ ਨੇ ਸਿਆਲ ਕੱਢਿਆ ਸੀਗਾ ਅਤੇ ਬਾਅਦ ਦੇ ਵਿੱਚ ਜਦੋਂ ਗਰਮੀ ਆ ਗਈ ਫਿਰ ਆਪੋ ਆਪਣੇ ਇੱਥੇ ਤੰਬੂ ਜਿਹੜੇ ਮੋਰਚੇ ਆ ਇੱਥੇ ਘਰ ਬਣਾਲੇ ਸੀਗੇ ਸੋ ਜਦੋਂ ਉੱਥੋਂ ਪਿਛਲੀ 25 ਨਵੰਬਰ ਨੂੰ ਪਿੰਡੋਂ ਤੁਰੇ ਸੀਗੇ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਸੀਗਾ ਕਿ ਜਿਹੜੇ ਇਹ ਕਾਲੇ ਕਾਨੂੰਨ ਲੈ ਕੇ ਆਉਂਦੇ ਮੋਦੀ ਨੇ ਇਹ ਸਾਰੇ ਰੱਦ ਕਰਵਾਏ ਤੋਂ ਬਿਨਾਂ ਪਿੱਛੇ ਨਹੀਂ ਮੁੜਨਾ ਬਾਕੀ ਇਹਨਾਂ ਦੇ ਨਾਲ ਹੋਰ 6-7 ਮੰਗਾਂ ਸੀਗੀਆਂ ਜਿਹੜੀਆਂ ਪਰਾਲੀ ਵਾਲਾ ਮਸਲਾ ਸੀਗਾ
MSP ਦੀ ਕਾਨੂੰਨੀ ਗਰੰਟੀ ਖਰਾਬ ਹੋ ਗਿਆ ਫੌਜੀ ਦਾ ਲੋਹ ਗੜੀਏ ਦਾ ਆਪਣੇ ਜਿਹੜੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਦੀ ਦੇਖਭਾਲ ਕਰਨ ਵਾਸਤੇ ਉਹਨਾਂ ਨੂੰ ਤੇ ਪਰਿਵਾਰਾਂ ਨੂੰ ਨੌਕਰੀਆਂ ਦੇਣ ਵਾਲੀ ਮੰਗ ਆਪਣੇ ਕਿਸਾਨ ਆਗੂਆਂ ਦੇ ਜਿਹੜੇ ਪਰਚੇ ਹੋਏ ਆ ਉਹ ਹੋਰ ਵੀ ਜਿੰਨੀਆਂ ਮੰਗਾਂ ਸੀਗੀਆਂ ਉੱਥੇ ਫੈਸਲਾ ਕੀਤਾ ਸੀ ਕਿ ਇਹ ਸਾਰੀਆਂ ਮੰਗਾਂ ਮਨਵਾ ਕੇ ਤੇ ਕਾਨੂੰਨ ਰੱਦ ਕਰਵਾ ਕੇ ਅਸੀਂ ਫਿਰ ਵਾਪਸ ਆਵਾਂਗੇ। ਤੇ ਸਰਕਾਰ ਨੇ ਬੜਾ ਜ਼ੋਰ ਲਾਇਆ ਸੀਗਾ ਰਸਤੇ ਦੇ ਵਿੱਚ ਨਾਕੇ ਲਾ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਆਪਣੇ ਨੌਜਵਾਨਾਂ ਨੇ ਜਿਹੜੇ ਵੱਡੇ ਵੱਡੇ ਕਿਸਾਨ ਨੇ ਸਰਕਾਰ ਨੇ ਬੈਰੀਗੇਡ ਲਾਏ ਸੀਗੇ ਉਹ ਤੋੜ ਕੇ ਬੈਰੀਗੇਡ ਚੱਕ ਚੱਕ ਕੇ ਨੌਜਵਾਨਾਂ ਨੇ ਨਹਿਰਾਂ ਦੇ ਵਿੱਚ ਮਾਰੇ ਸਾਰੇ ਨਾਕੇ ਤੋੜ ਕੇ ਤੇ 26 ਨਵੰਬਰ ਨੂੰ ਪਿਛਲੀ ਨੂੰ ਇੱਥੇ ਆ ਕੇ ਝੰਡੇ ਗੱਡਦੇ ਸੀਗੇ। ਸਰਕਾਰ ਨੇ ਉਦੋਂ ਵੀ ਚਾਲ ਚੱਲੀ ਸੀ ਕਿ ਤੁਸੀਂ ਉੱਥੇ ਬਰਾੜੀ ਪਾਰਕ ਦੇ ਵਿੱਚ ਆ ਜਾਓ ਪਰ ਆਪਣੇ ਆਗੂਆਂ ਨੇ ਫੈਸਲਾ ਕੀਤਾ ਕਿ ਨਹੀਂ ਅਸੀਂ ਤਾਂ ਇੱਥੇ ਦਿੱਲੀ ਦੇ ਬਾਰਡਰਾਂ 'ਤੇ ਹੀ ਡਟਾਂਗੇ ਅਤੇ ਇੱਥੇ ਡਟ ਕੇ ਪੂਰੇ ਝੰਡੇ ਗੱਡਤੇ ਅਤੇ ਮੋਰਚੇ ਪੱਕੇ ਕਰਕੇ ਅਤੇ ਸਰਕਾਰ ਨੂੰ ਮਜਬੂਰ ਕਰਤਾ ਇੱਕ ਸਾਲ ਪੂਰਾ ਸ਼ਾਂਤਮਈ ਤਰੀਕੇ ਦੇ ਨਾਲ ਇਹ ਅੰਦੋਲਨ ਚੱਲਿਆ। ਬੜੀਆਂ ਸਰਕਾਰ ਨੇ ਚਾਲਾਂ ਚੱਲੀਆਂ ਸੀਗੀਆਂ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅੰਦੋਲਨ ਨੂੰ ਫੇਲ ਕੀਤਾ ਜਾਵੇ ਪਰ ਸਾਰੀਆਂ ਚਾਲਾਂ ਸਰਕਾਰ ਦੀਆਂ ਕਿਸਾਨਾਂ ਨੇ ਉਹ ਫੇਲ ਕੀਤੀਆਂ ਤੇ ਮੋਦੀ ਨੂੰ ਮਜਬੂਰ ਕੀਤਾ। ਮਾਫ਼ੀ ਮੰਗਣ ਵਾਸਤੇ ਇਤਨੇ ਕਾਨੂੰਨ ਜਿਹੜੇ ਆ ਉਹ ਰੱਦ ਕਰਵਾਉਣ ਵਾਸਤੇ ਬਾਕੀ ਮੰਗਾਂ ਜਿੰਨਾ ਚਿਰ ਮੰਨੀਆਂ ਨਹੀਂ ਜਾਂਦੀਆਂ ਉਨਾ ਚਿਰ ਮੋਰਚੇ ਤੇ ਕਿਸਾਨ ਡਟੇ ਹੋਏ ਆ ਲਗਾਤਾਰ ਜੰਗੀ ਵੱਧ ਰਹੀ ਆ ਇੱਥੇ ਬਹੁਤ ਵੱਡੀ ਜੰਗੀ ਦੇ ਵਿੱਚ ਇੱਥੇ ਕਿਸਾਨ ਪਹੁੰਚ ਰਹੇ ਆ ਬੜਾ ਸਾਰਿਆਂ ਨੇ ਸਹਿਯੋਗ ਦਿੱਤਾ ਆਪਣੇ NRI ਵੀਰਾਂ ਨੇ ਦਾਨੀ ਸੱਜਣਾਂ ਨੇ ਕੋਈ ਕਸਰ ਨਹੀਂ ਛੱਡੀ। ਜਿਹੜਾ ਇਹ ਸੋਚਿਆ ਸੀ ਸਰਕਾਰਾਂ ਨੇ ਕਿ ਸ਼ਾਇਦ ਪੰਜਾਬ ਨੂੰ ਅਸੀਂ ਖਤਮ ਕਰਤਾ ਦਬਾ ਲਿਆ ਵਾ ਜਿਹੜੇ ਨੌਜਵਾਨ ਆ ਉਹ ਅਸੀਂ ਬਾਹਰ ਵਿਦੇਸ਼ਾਂ ਨੂੰ ਭੇਜਤੇ ਆ ਜਿਹੜੀ ਕਰੀਮ ਸੀਗੀ ਪੜ੍ਹੀ ਲਿਖੀ ਕਰੀਮ ਉਹ ਮਜਬੂਰ ਕਰਕੇ ਅਸੀਂ ਵਿਦੇਸ਼ਾਂ ਨੂੰ ਭੇਜਤੀ ਆ ਬਾਕੀ ਸ਼ਾਇਦ ਜਿਹੜੇ ਆ ਮਗਰ ਰਹਿ ਗਏ ਆ ਉਹ ਨਸ਼ੇੜੀ ਹੋ ਗਏ ਆ ਉਹ ਸਾਰਾ ਭੁਲੇਖਾ ਦੂਰ ਕਰਤਾ ਜਿਹੜਾ ਕਲੰਕ ਲਾਇਆ ਸੀ ਪੰਜਾਬ 'ਤੇ ਉਹ ਆਪਣੇ ਨੌਜਵਾਨਾਂ ਨੇ ਉਹ ਧੋਤਾ। ਜਿਹੜੇ NRI ਆਪਣੇ ਵੀਰ ਨੌਜਵਾਨ ਬਾਹਰ ਗਏ ਸੀ ਜਿਨ੍ਹਾਂ ਨੇ ਉੱਥੇ ਲਗਾਤਾਰ ਸ਼ਿਫਟਾਂ ਲਾ ਲਾ ਕੇ ਕੰਮ ਕਰਕੇ ਅਤੇ ਆਪਣਾ ਦਸਵੰਧ ਕੱਢ ਕੇ ਇਸ ਮੋਰਚੇ ਵਾਸਤੇ ਦਿੱਤਾ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਅੱਜ ਸਾਰਿਆਂ ਨੇ ਤਾਨੀ ਸੱਜਣਾਂ ਨੇ NRI ਵੀਰਾਂ ਨੇ ਜਿੰਨੇ ਵੀ ਜਿਨ੍ਹਾਂ ਨੇ ਲੰਗਰ ਲਾਏ ਆ ਜਾਂ ਮੈਡੀਕਲ ਦੀਆਂ ਸਹੂਲਤਾਂ ਦਿੱਤੀਆਂ ਸਾਰਿਆਂ ਦਾ ਹੀ ਬਹੁਤ ਵੱਡਾ ਯੋਗਦਾਨ ਆ ਔਰਤਾਂ ਦਾ ਭੈਣਾਂ ਦਾ ਬੱਚਿਆਂ ਦਾ ਬਹੁਤ ਵੱਡਾ ਇਸ ਇਤਿਹਾਸਕ ਅੰਦੋਲਨ ਨੂੰ ਜਿੱਤਣ ਵਾਸਤੇ ਯੋਗਦਾਨ ਰਿਹਾ ਵਾ। ਮੋਰਚਾ ਚੜ੍ਹਦੀ ਕਲਾ ਦੇ ਵਿੱਚ ਆ ਹੁਣ ਸਾਰੀਆਂ ਮੰਗਾਂ ਮਨਾ ਕੇ ਅਤੇ ਫਿਰ ਇੱਥੋਂ ਢੋਲ ਨਗਾਰੇ ਵਜਾ ਕੇ ਭੰਗੜੇ ਪਾਉਂਦੇ ਇੱਥੋਂ ਜਾਵਾਂਗੇ। ਹੁਣ ਸਟੇਜ 'ਤੇ ਜਿਹੜੇ ਪਹੁੰਚ ਚੁੱਕੇ ਆ ਬਹੁਤ ਵੱਡੀ ਜੈ ਜਵਾਨ ਜੈ ਕਿਸਾਨ।
ਜੈ ਕਿਸਾਨ ਮੇਰੇ ਘਰ ਚ ਲੱਗਾ ਸਾਰੇ ਕੱਲੀਆਂ ਕੱਲੀਆਂ ਨੀਆਂ ਚ।